ਪੜਾਈ ਕਰਨ ਦੇ ਵੱਡੇ ਖਿਡਾਰ ਵਿਕਰਮ ਭਾਈ ਪੇਜ ਕਰਨਗੇ ਪੇਜ ਵਿਖਾਵਾਂਗੇ ਲਾਈਵ ਟੈਲੀਕਾਸਟ ਆਪਾਂ ਤੁਹਾਨੂੰ ਸਾਰਿਆਂ ਨੂੰ ਪਿਛਲੇ ਪਾਸੇ ਆਈਏ ਜਿਹੜਾ ਔਰ ਵਾਗ ਹੀ ਬਹੁਤ ਹੀ ਜ਼ਿਆਦਾ ਤੇਜ਼ ਲੋ ਜੀ ਪੇਜ ਵੇਖੋ ਜਿਹੜਾ ਤੁਸੀਂ ਐਨੀਮੋਸ ਟ੍ਰੇਨ ਦੀ ਵਾਹ ਹੈਗੀ ਹੈ ਵਿਕਰਮ ਭਾਈ ਇੱਦਾਂ ਕਹੀ ਥੱਲੇ ਤੇ ਯੈਲੋ ਦਾ ਕਹੀ ਉੱਪਰ ਆਸ ਕਰਦੇ ਹਾਂ ਕਿ ਵਿਕਰਮ ਭਾਈ ਪੇਜਾ ਕੱਢਣਗੇ ਤੇ ਖੁਸ਼ੀ ਨਾਲ ਸਾਡੀ ਵੀਡੀਓ ਨੂੰ ਸ਼ੇਅਰ ਕਰਨਗੇ ਬਾਅਦ ਚੋਂ ਔਰ ਵਿਕਰਮ ਭਾਈ ਇੱਦਾਂ ਬਹੁਤ ਤਕੜੀ ਥੱਲੇ ਲੱਗੀ ਹੋਈ ਹੈ ਵਿਕਰਮ ਭਾਈ ਪਤੰਗ ਉੱਪਰ ਉਹਦੀ ਵੀਰ ਦੀ ਪਤੰਗ ਪੇਜ ਹੋ ਰਿਹਾ ਬਹੁਤ ਹੀ ਖਤਰਨਾਕ ਹਵਾ ਐਲੀਮੋਸ ਟ੍ਰੇਨ ਦੀ 16 ਤਾਰ ਦੀ ਆਵਾਜ਼ ਹੈ ਕਿਹੜੇ ਚਮਕੋਰੇ ਨੇ ਚਾਈਨਾ ਡੋਰ ਤੇ ਨਹੀਂ ਢਾਈ ਰਿਵਰਸਲ ਚੜੋ ਮਿਲੀ ਉਹਨੇ ਓਏ ਪੇਚਾ ਬਹੁਤ ਲੰਮਾ ਹੁੰਦਾ ਆ ਮੇਰੇ ਮੋਟਰਸਾਈਕਲ ਤੇ ਮੋਟਰਸਾਈਕਲ ਲੱਗ ਗਿਆ ਓਏ ਮੋਟਰਸਾਈਕਲ ਦਾ ਕਰ ਗਈ ਬਹੁਤ ਜ਼ਬਰਦਸਤ ਬੇਟੇ ਦਾ ਬਹੁਤ ਹੀ ਵਧੀਆ ਵਾਲ ਹੋਇਆ ਜੀ ਵਿਕਰਮ ਭਾਈ ਪਤੰਗ ਆਪਣੇ ਘਰ ਬਹੁਤ ਵਧੀਆ ਚੱਲਦੀ ਹੋਈ ਪਤੰਗ ਡੁੱਬੀ ਗਈ ਆ ਇੱਕ ਪਤੰਗ ਟੁੱਟੀ ਗਰਾਊਂਡ ਦੇ ਵਿੱਚੋਂ ਉਹ ਕਾਲੂ ਭਾਈ ਦੇ ਚਮਕੌਰੇ ਵੀਰ ਨੇ ਡੁੱਬ ਲਈ ਅੱਗੋਂ ਉਹ ਰੱਬ ਨੇ ਡੁੱਬੀ ਗਈ ਆ ਔਰ ਬੜੀ ਔਖੀ ਲੱਥ ਰਹੀ ਆ ਔਰ ਮੈਂ ਤੁਹਾਨੂੰ ਪੂਰਾ ਪਤੰਗ ਵਿਖਾਊਂਗਾ ਵੇਖੋ ਪਤੰਗ ਡੁੱਬ ਕੇ ਲਿਆ ਰਹੇ ਨੇ ਇੱਕ ਵੱਖਰਾ ਰਿਕਾਰਡ ਕਾਇਮ ਕੀਤਾ ਅੱਜ ਇਹਨਾਂ ਨੇ ਭਲਾਈ ਕਰਦੇ ਗਰਾਊਂਡ ਦੇ ਵਿੱਚ ਭਾਈ ਨਵਦੀਪ ਭਾਈ ਪੂਰੇ ਖੁਸ਼ ਹੈ ਕਿ ਪਤੰਗ ਵਾਪਸ ਆ ਰਹੀ ਆ ਵੇਖੋ ਤੁਸੀਂ ਪਤੰਗ ਦਾ ਪਤੰਗ ਡੁੱਬੀ ਹੋਈ ਵੀਰ ਨੇ ਇਹ ਪਤੰਗ ਜੇ ਅਗਲੇ ਪਾਸੇ ਉਹ ਪਤੰਗ ਲੱਗੀ ਹੋਈ ਹੈ ਅਤੇ ਇਹ ਪਤੰਗ ਦਾ ਪਤੰਗ ਡੁੱਬੀ ਹੋਈ ਆ ਅਤੇ ਵਜਨ ਬਹੁਤ ਹੀ ਜ਼ਿਆਦਾ ਨਵਦੀਪ ਭਾਈ ਪੂਰੇ ਖੁਸ਼ ਕਿ ਪਤੰਗ ਮੇਰੀ ਵਾਪਸ ਆ ਗਈ ਹੈ ਮਗਰੋਂ ਗੁੱਡੀ ਆਈ ਹੀ ਪੈ ਗਈ ਵੇਖੋ ਜੀ ਪਤੰਗ ਨਾਲ ਪਤੰਗ ਡੁੱਬੀ ਹੋਈ ਆ ਨਵਾਂ ਰਿਕਾਰਡ ਕਾਇਮ ਕਰਤਾ ਗਰਾਊਂਡ ਦੇ ਵਿੱਚ ਇਹਨਾਂ ਨੇ ਅੱਜ ਆਹ ਪਤੰਗ ਜੇ ਉਹਦੇ ਨਾਲ ਉਹ ਪਤੰਗ ਡੁੱਬੀ ਹੋਈ ਉੱਪਰਲੀ ਇਹ ਪਤੰਗ ਦੇ ਨਾਲ ਲੱਥ ਜਾਣੀ ਬਈ ਲੱਥ ਜਾਣੀ ਪਤਾ ਕਿਉਂ ਉਹ ਪਾਠੀ ਪਤੰਗ ਥੋੜ੍ਹੀ ਥੱਲੇ ਨੂੰ ਉਹਨੇ ਵਜੂਦ ਖਤਮ ਕਰਤਾ ਗਰਾਊਂਡ ਦਾ ਵਾਇਆ ਵੇਖੋ ਕਿੱਡਾ ਵੱਡਾ ਵਾਇਆ ਗਰਾਊਂਡ ਦਾ ਮੈਂ ਤੁਹਾਨੂੰ ਵਾਇਆ ਵਿਖਾ ਰਿਹਾ ਗਰਾਊਂਡ ਦਾ ਵੇਖੋ ਬਹੁਤ ਹੀ ਤਕੜੀ ਗਰਾਊਂਡ ਜੇ ਭਲਾਈ ਕਹਿੰਦੇ ਗਰਾਊਂਡ ਜਿੱਥੇ ਮਰਜ਼ੀ ਜਾ ਕੇ ਤੁਸੀਂ ਪਤੰਗ ਉਤਾਰ ਸਕਦੇ ਪਤੰਗ ਲਾਦੀ ਪਈ ਹੈ ਮੈਂ ਤੁਹਾਨੂੰ ਪਤੰਗ ਫਿਰ ਵਿਖਾਵਾਂਗੇ ਇੱਕ ਵਾਰੀ ਲਾਸੀ ਜੇ ਉਨੀ ਦੇਰ ਤੱਕ ਆਪਣੇ ਗਗਨ ਭਾਈ ਪੇਚ ਕਰਦੇ ਹੋਏ ਪਤੰਗ ਗਈ ਹੈ ਲੱਥ ਤੇ ਪਤੰਗ ਮੈਂ ਕਰੀ ਤੁਹਾਨੂੰ ਮੈਂ ਪਤੰਗ ਲੱਥ ਦੀ ਫਿਰ ਵਿਖਾ ਰਿਹਾ ਕਰੀ
ਭਾਈ ਤੁਹਾਡੀ ਵੀ ਆਈ ਨੀ ਹੁਣ ਰਜੀਤ ਭਾਈ ਤੁਹਾਡੀ ਵੀ ਆਈ ਨੀ ਪਾਲਕੀ ਪੂਰੀ ਪਤੰਗ ਡੁੱਮੀ ਹੋਈ ਉਹਦੇ ਨਾਲ ਪਤੰਗ ਲੱਥ ਗਈ ਏ ਪਤੰਗ ਲੱਥ ਗਈ ਹੈ ਭਾਈ ਪਤੰਗ ਨਾ ਪਤੰਗ ਆ ਗਈ ਏ ਨਵਦੀਪ ਭਾਈ ਪੂਰੇ ਖੁਸ਼ ਅਗਲੇ ਦੀ ਪਤੰਗ ਪੂਰੀ ਪਾੜ ਗਈ ਵੇਖ ਲੋ ਆਹ ਵੇਖੋ ਪਰ ਨਵਦੀਪ ਭਾਈ ਪੂਰੇ ਖੁਸ਼ ਜਾਨ ਚਾਹੀ ਜਾਨ ਜਾਨ ਚ ਜਾਨ ਵਾਪਸ ਆ ਗਈ ਨਵਦੀਪ ਭਾਈ ਦੀ ਪਤੰਗ ਵਾਪਸ ਆਉਣ ਦੇ ਨਾਲ ਦੇਖੋ ਗੰਨ ਮਾਰਦੇ ਹੋਏ ਪੇਚ ਕਰਦੇ ਹੋਏ ਦੁਬਾਰਾ ਬਹੁਤ ਵਧੀਆ ਨਜ਼ਾਰਾ ਵੇਖਣ ਨੂੰ ਮਿਲਿਆ ਅੱਜ ਭਲਾਈ ਕਹਿੰਦੇ ਦੀ ਤਕੜੀ ਗਰਾਊਂਡ ਦੇ ਵਿੱਚ ਵੇਖੋ ਤੁਸੀਂ ਪਤੰਗਾਂ ਉੱਡਦੀਆਂ ਪਈਆਂ ਔਰ ਲਾਈਵ ਟੈਲੀਕਾਸਟ ਪਤੰਗ ਬਾਈ ਹੋ ਰਹੀ ਆ ਪਾਵਰ ਜਨਰੇਟ ਹੋ ਰਹੀ ਆ ਭਲਾਈ ਕਹਿੰਦੇ ਗਰਾਊਂਡ ਦੇ ਵਿੱਚ ਇਹ ਪਤੰਗ ਨਾ ਪਤੰਗ ਡੁੱਮੀ ਗਈ ਸੀ ਪਤੰਗ ਵੀ ਦਿੱਤੀ ਭਾਈ ਪਤੰਗ ਨੇ ਦਿੱਤੀ ਪਰ ਆਪਣੀ ਪਤੰਗ ਲੈ ਗਏ ਆ ਇਨਸਾਨੀਅਤ ਪੇਸ਼ ਕਰਦੇ ਹੋਏ ਪਲੰਘ ਨਾ ਪਲੰਘ ਡੁੱਮ ਕੇ ਲਿਆਉਂਦੇ ਹੋਏ ਵਾਪਸ ਸਤਿ ਸ਼੍ਰੀ ਅਕਾਲ ਭਾਈ ਭਰਾ ਕਹਿੰਦੇ ਗੋਪੀ ਪਤੰਗ ਸਾਰੀ ਇੰਦਰਵੜੀ ਮੈਂ ਉਹਨੂੰ ਕਿਹਾ ਮੈਂ ਕਿਹਾ ਬਾਈ ਤੂੰ ਲਾ ਕੇ ਵੇਖੋ ਤੁਹਾਡੀ ਇੰਦਰਵੜੀ ਸਾਰੀ ਹਵਾ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਵੱਧ ਗਿਆ ਜੇ ਭਲਾਈ ਕਹਿੰਦੇ ਗਰਾਊਂਡ ਅੰਮ੍ਰਿਤਸਰ ਦੀ ਤਕੜੀ ਗਰਾਊਂਡ ਹੈ ਜੋ ਗਰਾਊਂਡ ਹੈ ਲੋਈ ਸੋਨੂੰ ਦੀਸ਼ੇ ਭਾਈ ਓਰਿਜਨਲ ਦੀਸ਼ਾ ਦੀਸ਼ਾ ਐਂਡ ਕੰਪਨੀ ਸ਼ਹੀਦ ਉਧਮ ਸਿੰਘ ਨਗਰ ਘੁੱਦੇ ਦੀਆਂ ਪਤੰਗਾਂ ਲੈਣੀਆਂ ਹਨ ਭਾਈ ਕੋਲ ਸੰਪਰਕ ਕਰੋ ਐ ਵਾਲੀਆਂ ਘੁੱਦੇ ਦੀਆਂ ਪਤੰਗਾਂ ਸਾਰਾ ਸਟੋਕ ਇਹਨਾਂ ਕੋਲ ਹੈ